ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰਿਆਂ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹੜਡ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਰਵਿੰਦਰ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਗਾਵਾਂ ਤੁਹਾਨੂੰ ਦਿਖਾਉਣੀਆਂ। ਅੱਜ ਤੁਹਾਨੂੰ ਇੱਕ ਗੱਭਣ ਗਾਂ ਤੁਹਾਨੂੰ ਦਿਖਾਉਣੀ ਅਤੇ 2 ਤੁਹਾਨੂੰ ਸੂਈਆਂ ਦਿਖਾਵਾਂਗੇ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾ, ਠੀਕ ਠਾਕ ਜੀ? ਹਾਂਜੀ ਹਾਂਜੀ ਵਧੀਆ, ਤੁਸੀਂ ਸੁਣਾਓ? ਸਭ ਠੀਕ ਠਾਕ, ਵਿਕ ਗਿਆ ਉਦਣ ਵਾਲਾ ਮਾਲ ਫਿਰ? ਹਾਂਜੀ ਹਾਂਜੀ ਵਿਕ ਗਿਆ। ਸਾਹੀਵਾਲ ਦੇ ਕਿੰਨੇ ਫੋਨ ਆਏ? ਬਹੁਤ ਜ਼ਿਆਦਾ, ਉਹਦਾ ਅੱਜ ਤੱਕ ਹੀ ਫੋਨ ਆਈ ਜਾਂਦੇ, ਮਤਲਬ ਡਿਮਾਂਡ ਪੂਰੀ ਹੈ ਕਿ ਸਾਹੀਵਾਲ ਗਾਂ ਦੀ? ਸਾਹੀਵਾਲ ਦੀ ਪਿਓਰ ਨਹੀਂ ਜਿਹੜੀ? ਹਾਂਜੀ ਹਾਂਜੀ, ਉਹਦੀ ਫੁੱਲ ਡਿਮਾਂਡ ਹੀ ਉਦਣ ਹੈ ਵੀ ਪੂਰੀ ਪਿਓਰ ਹੀ ਨਾ ਸਿਓਲ, ਹਰ ਇੱਕ ਪੱਖੋਂ, ਅਤੇ ਹੈ ਵੀ ਠੰਡੀ ਸੀਲ। ਹਾਂਜੀ ਠੰਡੀ ਸੀਲ, ਠੀਕ ਹੈ। ਅਤੇ ਚਲੋ ਨਾਮ ਦੱਸ ਦਿਓ ਕਰੀ। ਹਰਵਿੰਦਰ ਸਿੰਘ, ਪਿੰਡ ਹਰੜ ਕਲਾਂ, ਨਵਾਂ ਪਿੰਡ, ਹੈਗੀ ਹੈ ਵੀ ਚਲੋ ਸਾਹੀਵਾਲ ਕ੍ਰੋਸ ਹੀ ਆ, ਹਨਾ ਕ੍ਰੋਸ ਹੈ ਚਾਹੀਦੀ ਆ। ਤੋਰੋ ਹਾਂ ਫਿਰ ਇੱਕ, ਇਹ ਵੀ ਸੂਆ ਪਹਿਲਾਂ ਹੀ ਆ। ਅੱਛਾ, ਪਹਿਲਾਂ ਸੂਆ ਹੀ ਆ। ਬਾਕੀ ਇਹ ਆ ਵੀ ਸੂਣ ਤੱਕ ਥੱਲਿਓ ਚੰਗੀ ਭਰ ਜਾਣੀ ਆ, ਅਤੇ ਥਣ ਵੀ ਪ੍ਰੋਪਰ ਹੱਥ 'ਚ ਆਉਣ ਵਾਲਾ ਹੁਣ ਤੋਂ ਹੀ ਆ ਜਿਹੜਾ। ਅਤੇ ਇਹਦਾ ਫਿਰ ਮੁੱਲ ਵੀਰ ਜੀ? ਮੁੱਲ ਇਹਦਾ 30,000 ਜੋ। ਅੱਛਾ, ਇਹਦਾ ਮੁੱਲ 30,000 ਆ। ਦੇਣੀ ਕਿੰਨੇ ਦੀ ਆਪਾਂ? 30 ਦੀ। ਅੱਛਾ, 30 ਦੀ ਦੇ ਦਿਓਗੇ? ਛੋਟ ਛਾਟ ਹੋਰ ਕਰ ਦਿਓਗੇ ਮੌਕੇ? ਕੋਈ ਫੋਨ ਲਾਵੇ ਇੱਕ ਵਾਰੀ, ਹਨਾ। ਅਤੇ ਥਾਣੇ ਦੇ ਆਪਾਂ ਦੇਖ ਸਕਦੇ ਲਾਗੇ ਤੋਂ ਚੰਗੀ ਤਰ੍ਹਾਂ। ਬਾਕੀ ਜਿਤਰਾ ਜਿਤਰਾ ਇਹਨੇ ਹਵਾਨਾ ਭਰਿਆ, ਥਾਣ ਹੋਰ ਵਧੀਆ ਤਿਆਰ ਕਰੀ ਜਾਣਾ ਵਾ। ਹਾਂਜੀ, ਨਿਖੜ ਜਾਣੇ ਥਾਣਾ ਤਿਆਰ ਹੋ ਗਈ। ਤੇ ਇਹਦੇ ਬਾਰੇ ਦੱਸੀਏ? ਇਹਦਾ ਵੀ ਪਹਿਲਾ ਸੂਆ ਜੀ। ਅੱਛਾ, ਤੇ ਤਾੜੀ ਸੂਈ ਆ ਵੱਛੀ ਇਹਦੀ ਮਗਰ, ਠੀਕ ਆ? ਹਾਂਜੀ, ਆ ਵੱਛੀ ਜੀ। ਅੱਛਾ, ਉਹ ਵਾਲੀ ਘਰ ਵਾਲੇ ਤੇ ਕਹਿੰਦੇ 6-7 ਦਿਨ ਹੋਏ, ਕੋਈ ਹਫਤਾ ਲਾ ਲਈ, 10 ਦਿਨ ਲਾ ਲਈ, ਠੀਕ ਆ? ਕੋਈ ਗੱਲ ਨਹੀਂ। ਤੇ ਦੁੱਧ ਕਿੰਨਾ ਹੈ? ਦੇਖੋ, ਦੁੱਧ 1.8 ਕਿਲੋ ਪੂਰਾ ਲੀਟਰ ਵਾਲਾ ਹੈ, ਠੰਡਾ। ਪੱਕਾ ਦੁੱਧ ਹੈਗਾ ਜੀ? 8 ਲੀਟਰ। ਹਾਂਜੀ, ਦੋਵੇਂ ਟਾਈਮਾਂ ਦਾ। ਤੋਰੋ ਫਿਰ ਇੱਕ ਵਾਰੀ। ਇਹ ਆ ਵੀ ਦੁੱਧ ਕੋਈ ਤੁਹਾਡੇ ਘਰੋਂ ਕੋਈ ਚੋ ਕੇ ਲੈ ਜੇ, ਹਨਾ। ਸਾਡੀ ਵਾਰ ਵਾਰ ਹਾਰ ਕੇ ਵੀਡੀਓ 'ਚ ਇਹੀ ਬੇਨਤੀ ਹੁੰਦੀ ਕਿ ਦੁੱਧ ਆਪਣਾ ਚਵਾਈ ਕਰਕੇ ਖੜੋ, ਅਤੇ ਸਾਡੀ ਗੱਲ 'ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੇ ਅਸੀਂ ਕਿੰਨੇ ਹਾਂ, ਅਤੇ ਦੁੱਧ ਚੋ ਕੇ ਖੜਿਆ ਕਰੋ। ਬਾਕੀ ਇਹ ਵੀ ਥੋੜ੍ਹਾ ਡਰਦੀ ਜੀ ਆ, ਅਤੇ ਹੈਗੀ ਇਹ ਵੀ ਕ੍ਰੋਸ 'ਚ ਹੀ ਆ, ਦੁੱਧ ਇਹੋ ਜਿਹੀਆਂ ਗਾਵਾਂ ਦਾ ਵੀ ਸੰਘਣਾ ਹੁੰਦਾ ਵਾ। ਬਾਕੀ ਹਵਾਨਰੀ ਤੱਕ ਥੋੜ੍ਹੀ ਗਾਂਹ ਰੱਖਦੀ ਆ, ਦੇਖ ਸਕਦੇ ਜੀ। ਫਿਰ ਮੁੱਲ ਕਿੰਨਾ ਕਿਤੇ ਰੱਖਦੀ ਆ? 28,000 ਆ। ਤੇ ਵਿੱਚ ਕਿੰਨੇ ਦੀ ਨਿਬੇੜਦੀ? 25,000 ਦੀ। ਅੱਛਾ, 25 ਦੀ। ਬਾਕੀ ਚਲੋ ਛੋਟ ਛਾਟ ਮੌਕੇ ਤੇ ਹੋਰ ਕਰ ਦਾਂਗੇ, ਹੋਰ ਕਰ ਦਾਂਗੇ, ਫੋਨ ਲਾ ਦੇ ਜ਼ਰੂਰ। ਠੀਕ ਹੈ। ਇਹ ਵੀ ਇਹਦੀ ਦੁੱਧ ਵੀ ਇਹਦਾ ਚੰਗਾ, ਫੈਂਡ ਵੀ ਬੜੀ ਵਧੀਆ ਹੁੰਦੀ ਜੀ। ਠੀਕ ਹੈ, ਫੈਂਡ ਤੋਂ ਨਹੀਂ ਮਰਦੀ ਜੀ। ਠੀਕ ਆ, ਘਰ ਪੀਣ ਵਾਸਤੇ ਚੰਗੀ ਆ ਕਿ ਘਰ ਦੁੱਧ ਵਰਤਣ? ਹਾਂਜੀ, ਬਾਕੀ ਸੀਲ ਬੜੀ ਆ। ਠੀਕ ਆ। ਤੇ ਆ ਵੀ ਸੂਈ ਸਵਾਈ ਆ? ਹਾਂਜੀ ਹਾਂਜੀ। ਇਹਨੂੰ ਕਿੰਨਾ ਚਿਰ ਹੋ ਗਿਆ ਸੂਈ? ਇਹਨੂੰ ਸੂਈ ਨੂੰ ਹੋ ਗਿਆ 10 ਦਿਨ।
ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਇਹਦੇ ਕੋਲ ਦੁੱਧ ਹੈਗਾ ਜੀ 10 ਕਿਲੋ ਹੁਣ ਤਿਆਰ। ਪੱਕਾ ਦੁੱਧ ਹੈਗਾ ਜੀ? 10 ਕਿਲੋ ਤਿਆਰ। ਹਾਂਜੀ ਤੋਰੋ ਫਿਰ ਕਰੀ ਨਾ। ਲੈ ਜਾ ਇਹ ਆ ਵੀ ਕੱਦ ਕਾਠ ਚੰਗਾ। ਆਹ ਬੱਚਾ ਕੀ ਇਹਦੇ ਮਗਰ? ਆਹ ਬੱਚਾ ਜੀ ਇਹਦਾ। ਤੇ ਇਹਦਾ ਫਿਰ ਮੁੱਲ? ਇਹਦਾ ਮੁੱਲ ਭਾਜੀ 30,000 ਜੇ। ਅੱਛਾ ਇਹ ਵੀ 28 ਦੀ ਦੇ ਦਈਏ। 28,000 ਦੀ ਕਿ ਵਿੱਚੋਂ ਕਰ ਦਈਏ ਕੋ ਮੰਤਾ? ਕਰ ਦੋ। ਕਿੰਨੇ ਦੀ ਜੈਸ ਨੋ ਕਰੀ? ਸਰੀਰੋ ਥੋੜੀ ਲਿੱਸੀ ਆ। ਆ ਕਰ ਦੋ ਜਿੰਨੇ ਕਿਸੇ ਨੇ ਸੰਭਣੀ ਸੰਭਣੀ ਜਾ ਕੇ। ਕੋਈ ਨਾ ਕਰ ਦੋ। ਕਿੰਨੇ ਦੀ? ਜਿੰਨੇ ਦੀ ਮਰਜ਼ੀ ਕਰ ਦੋ ਤੁਸੀਂ। ਇੱਕੋ ਗੱਲ ਕਰ ਦਈਏ ਫਿਰ? ਕਰ ਦੋ। ਪੂਰੇ 23,000 ਦੀ ਜਾਂਦੀ ਹੈ। ਠੀਕ ਹੈ ਜਾਣ ਦੋ ਕੋਈ ਨਹੀਂ। ਅੱਛਾ ਜਾਣ ਦੋ। ਹੋਰ ਮੰਤਾ ਨੇ ਕਰਦਾ? ਅੱਛਾ ਮੌਕੇ ਤੇ ਹੋਰ ਕਰ ਦੋਗੇ? ਚਲੋ ਕੋ ਫੋਨ ਲਾਵੇ ਕਰੀ ਹਨਾ। ਤੇ ਬਾਕੀ ਇਹ ਆ ਵੀ ਚਲੋ ਜਿਹੜੀਆਂ ਦੋ ਸੂਈਆਂ ਵਾ ਤੁਹਾਡੇ ਘਰੋਂ ਕੋਈ ਚੁਆਈ ਕਰਕੇ ਲੈ ਜਾਏ ਤੇ ਗੱਬਨ ਪਾਸ ਕਰਕੇ ਲੈ ਜਾਏ ਹਨਾ। ਜੋ ਵੀ ਆ ਸਾਰਾ ਕੁਝ ਇਹੀ ਆ। ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਖੜੋ ਜੀ।